ਲੱਗਦਾ ਜੇ ਭਾਜੀ ਕੁੜਤੇ ਪਜਾਮੇ ਦਾ ਜਦੋਂ ਆਪਾਂ ਜੀਪਾਂ ਲਾ ਕੇ ਤੁਰੇ ਫਿਰਦੇ ਆ। ਸਤਿ ਸ਼੍ਰੀ ਅਕਾਲ ਜੀ, ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਨ ਲੱਗੇ ਹਾਂ ਜੀ ਜੀਪਾਂ ਦੀ। ਅਤੇ ਹੁਣ ਆਪਾਂ ਚੱਲਦੇ ਹਾਂ ਜੀਪਾਂ ਵਾਲੇ ਪਾਸੇ ਨੂੰ। ਅਤੇ ਲੋਕੇਸ਼ਨ 'ਤੇ ਬਸ ਆ ਗਏ ਹਾਂ, ਅਤੇ ਲੋਕੇਸ਼ਨ 'ਤੇ ਲੱਗਾ ਹੈ ਜੀ ਤਾਲਾ। ਅਤੇ ਭਾਈ ਸਾਹਿਬ ਹੁਣੀ ਆ ਰਹੇ ਨੇ ਪੂਰੀ ਗੱਡੀ ਤੇਜ਼ ਭਜਾ ਕੇ। ਹੀਰੋ ਭਾਅ ਜੀ ਆ ਗਏ ਨੇ। ਮਿਲਟਰੀ ਗ੍ਰੀਨ ਤੇ ਗ੍ਰੀਨ ਲੈਦਰ ਸੀਟ ਵਿਦ ਸਟੀਰੀਓ ਸਿਸਟਮ ਐਂਡ ਮੈਨੂਅਲ ਕਾਰ। ਓਕੇ, ਯੂਕੇ ਦੇ ਵਿੱਚ ਬੜੇ ਚਿਰ ਬਾਅਦ ਮੈਨੂਅਲ ਗੱਡੀ ਚਲਾਉਂਦੇ ਹਾਂ ਮੈਂ। ਮੈਂ ਥੋੜ੍ਹਾ ਧਿਆਨ ਨਹੀਂ ਚਲਾਉਂਦਾ, ਮੈਂ ਵੀ ਨਾ ਕੰਧ ਸੁੱਟਾ ਹੁਣ ਕੋਈ ਤਾਜ ਉਹਨਾਂ ਨੇ ਕੰਧ ਸੁੱਟੀ ਹੈ। ਟਰੈਕਟਰ ਵਾਲਾ ਹਿਸਾਬ ਹੈ ਇਹਦੇ ਵਿੱਚ, ਪਾ ਕੇ ਦੂਜੇ ਗੇਅਰ ਦੇ ਵਿੱਚ ਤੇ ਬਸ ਲਈ ਜਾਓ ਮਜੇ ਮਜੇ। ਕਿੱਦਾਂ ਵਧੀਆ ਡਰਾਈਵ ਆ, ਬਹੁਤ ਵਧੀਆ। ਹਾਂਜੀ, ਕਿ ਜਿਹੜਾ ਵੀ ਬੰਦਾ ਯੂਕੇ ਦੇ ਵਿੱਚ ਇਹਨਾਂ ਜੀਪਾਂ ਦਾ ਸ਼ੌਕੀਨ ਆ, ਉਹ ਪਲੀਜ਼ ਇਹਨਾਂ ਨਾਲ ਕੰਟੈਕਟ ਕਰੋ ਭਾਜੀ ਹੁਣਾਂ ਦੇ ਨਾਲ। ਆ ਜਾਓ ਭਾਈ, ਆਟੋ ਦੀ ਕਰਕੇ ਵੇਨੇ ਡਰਾਈਵ। ਜੇ ਕਿਤੇ ਰੋਬਿਨ ਭਾਜੀ ਤੁਸੀਂ ਰਾਹ 'ਚ ਫਸ ਜਾਓ, ਕਿਤੇ ਵੀ ਤੁਸੀਂ ਸਟੱਕ ਹੋ ਜਾਓ, ਤੁਸੀਂ ਫੋਨ ਵੀ ਯੂਜ਼ ਕਰ ਸਕਦੇ ਜੇ, ਠੀਕ ਹੈ। ਇਹ ਨਿਕਲਦਾ ਨਹੀਂ ਆ, ਇਹ ਤੁਸੀਂ ਯੂਜ਼ ਕਰ ਸਕਦੇ। ਪਰ ਲਾਊਡ ਸਪੀਕਰ ਤੇ ਲਾ ਲੈਣਾ। ਹਾਂ ਸਹੀ ਹੈ, ਸਾਰੀਆਂ ਫੈਸਿਲਿਟੀਆਂ ਹੈਗੀਆਂ ਆਪਣੇ ਕੋਲ, ਟੂਲ ਬਾਕਸ ਵੀ ਹੈਗਾ ਆਪਣੇ ਕੋਲ, ਕੈਮਰਾ ਇਹਦੇ ਵਿੱਚ, ਇਹਦੇ 'ਚ ਕੈਮਰਾ ਲਾਇਆ ਆਪਾਂ, ਵੱਡਾ ਰਿਵਰਸ ਵੀ ਲਾਇਆ ਆਪਾਂ। ਆਹ ਗੱਡੀ ਤੁਹਾਨੂੰ ਬਹੁਤ ਸੂਟ ਕਰਦੀ ਰੋਬਿਨ ਭਾਜੀ, ਪ੍ਰੋਪਰ ਸੂਟ ਕਰਦੀ ਤੁਹਾਨੂੰ। ਇਹ ਆਟੋਮੈਟਿਕ ਜੀ ਹੋਈ, ਸਹੀ ਗੱਲ ਆ, ਇਹਦੇ 'ਚ ਤੁਸੀਂ ਕੰਫਰਟੇਬਲ ਜੇ ਪੂਰੇ। ਜੇ ਅਗਰ ਤੁਸੀਂ ਸ਼ੂਟਿੰਗ ਲਈ ਜਾਣਾ ਚਾਹੁੰਦੇ ਜੇ, ਤਾਂ ਤੁਸੀਂ ਆਪਣੀ ਗੰਨ ਰੱਖ ਸਕਦੇ ਜੇ, ਬੈਗ ਜਾਣਾ ਪਊਗਾ। ਆਪਣੇ ਇੱਥੇ ਜਿਹੜੇ ਟਰੱਕ ਨੇ ਉਹ ਕਾਫੀ, ਜਿਹੜਾ ਆਪਣੀ ਮਰੂਤੀ ਨਹੀਂ ਹੁੰਦੀ ਜਿਹੜੀਆਂ ਬੰਦ ਡੱਬੇ ਵਾਲੀਆਂ ਮਰੂਤੀਆਂ, ਉਦਾਂ ਦੇ ਟਰੱਕ ਦੀ ਸ਼ੇਪ ਆ। ਜਦੋਂ ਆਪਾਂ ਨਾਰਮਲੀ ਵੀ ਮੋੜਦੇ ਨਾ ਹੁਣ, ਤੇ ਟਰੱਕ ਬਿਲਕੁਲ ਐਂਡ ਤੇ ਹੁੰਦਾ ਹੈ, ਉਹ ਤਾਂ ਕਰਕੇ ਲੱਗਦਾ ਕਿ ਠੀਕ ਹੈ ਹੁਣ ਕੋਈ ਨਹੀਂ। ਸੋ ਇਹ ਆਪਣੀ ਆਟੋ ਆ, ਇਹ ਇਹਦੀ ਆਟੋਮੈਟਿਕ, ਤੁਹਾਨੂੰ ਤੁਹਾਡੇ ਦੋਵੇਂ ਹੱਥ ਵਿਹਲੇ ਨੇ ਦੀ, ਇੱਕ ਵਾਰੀ ਗੇਅਰ 'ਚ ਪਾ ਦਿੱਤੀ ਹੈ, ਸਹੀ ਹੈ, ਲਈ ਜਾਓ ਇਹਨੂੰ ਜਿੱਦਾਂ ਮਰਜ਼ੀ ਨੱਪ ਨੱਪ ਕੇ। ਇਹ ਤਾਂ ਕੀ ਫਰਕ ਹੈ ਰੋਬਿਨ ਭਾਜੀ ਇਹਦੇ 'ਚ ਤੇ ਉਹਦੇ, ਇਹਦੇ ਸਿਰ ਦਰਦੀ ਘੱਟ ਹੈ। ਸਹੀ ਗੱਲ ਆ, ਤੁਹਾਡੇ ਆਪਣੇ ਫਿਰ ਵੀ ਤੁਹਾਡੇ ਗੇਅਰ ਸ਼ਿਫਟ ਜ਼ਿਆਦਾ ਹੈਗੇ ਨੇ, ਕਿ ਤੁਸੀਂ ਲੋਅ ਦੇ ਵਿੱਚ ਜਾਣਾ ਆ, ਹਾਈ ਦੇ ਵਿੱਚ ਜਾਣਾ ਆ, ਕਿਹੜੀ ਸਪੀਡ ਦੇ ਵਿੱਚ ਜਾਣਾ ਆ, ਸੋ ਤੁਹਾਡੇ ਕੋਲ ਆਪਸ਼ਨ ਸਟਿਲ ਅਵੇਲੇਬਲ ਨੇ। ਬਟ
ਮਤਲਬ ਕਿ ਜਿਹੜਾ ਮਰਜ਼ੀ ਗੱਡੀ ਚਲਾ ਸਕਦਾ, ਕੁੜੀ ਹੋਵੇ ਮੁੰਡਾ ਹੋਵੇ ਬਜ਼ੁਰਗ ਹੋ, ਜਿਹੜਾ ਮਰਜ਼ੀ ਗੱਡੀ ਚਲਾ ਸਕਦਾ ਹੈ, ਕੰਫਰਟੇਬਲ ਆ। ਬਾਕੀ ਠੰਡ ਬਹੁਤ ਹੈ ਰੋਪੂ ਭਾਜੀ, ਐ ਤੁਸੀਂ ਲਾਲ ਵੀ ਹੋ ਗਏ ਜੇ ਪ੍ਰੋਪਰ। ਮੈਨੂੰ ਲੱਗਦਾ ਆ ਕਿ ਸਾਨੂੰ ਹੁਣੇ ਪਾ ਕਰ ਦੇਣੀ ਚਾਹੀਦੀ ਹੈ। ਵਰਡਿਕਟ ਇਹੋ ਹੀ ਹੈ ਕਿ ਭਾਅ ਜੀ ਗੱਡੀਆਂ ਬਹੁਤ ਦਮਦਾਰ ਨੇ, ਅਤੇ ਮੇਕ ਸ਼ੋਰ ਰਿਕਾਰਡ ਹੋਣ ਡਿਆ ਸੀ ਨਾ, ਹਾਂ ਰਿਕਾਰਡ ਹੋਣ ਡਿਆ ਸੀਗਾ। ਸੋ ਮੇਕ ਸ਼ੋਰ ਕਿ ਵੀ ਤੁਸੀਂ ਇੱਥੇ ਇੱਥੇ ਕਿਤੇ ਵੀ ਮੈਨਸ਼ਨ ਕਰੂੰਗਾ ਪੇਜ ਦਾ ਨਾਮ, ਅਤੇ ਉਹਨਾਂ ਨੂੰ ਜ਼ਰੂਰ ਵਿਜ਼ਿਟ ਕਰਿਓ, ਅਤੇ ਉਹਨਾਂ ਕੋਲੋਂ ਤੁਸੀਂ ਡੀਟੇਲਸ ਹੋਰ ਲੈ ਸਕਦੇ ਜੀ ਕਿ ਵੀ ਗੱਡੀ 'ਚ ਕੀ ਆ ਕੀ ਨਹੀਂ ਆ, ਕਿੰਨੇ ਦੀ ਆ। ਓਬਵੀਅਸਲੀ ਪ੍ਰਾਈਸ ਆਪਾਂ ਇੱਥੇ ਡਿਸਕਲੋਜ਼ ਨਹੀਂ ਕਰ ਸਕਦੇ ਕਿਉਂਕਿ ਹਰ ਗੱਡੀ ਦਾ ਮੁੱਲ ਵੱਖੋ ਵੱਖਰਾ ਆ, ਉਹਦੀ ਸਪੈਕਸ ਵੱਖਰੀਆਂ। ਸੋ ਕੁਝ ਗੱਡੀਆਂ ਨੇ ਜਿਹੜੀਆਂ ਰੇਅਰ ਵੀਲ ਡਰਾਈਵ ਨੇ, ਅਤੇ ਕੁਝ ਨੇ 4x4। ਓਬਵੀਅਸਲੀ ਤੁਹਾਡੇ ਕੋਲ ਗੇਅਰ ਦੀ ਆਪਸ਼ਨ ਹੈ ਕਿ ਵੀ ਤੁਸੀਂ ਗੇਅਰ ਵਾਲੀ ਲੈਣੀ ਹੈ ਜਾਂ ਤੁਸੀਂ ਆਟੋਮੈਟਿਕ ਲੈਣੀ ਹੈ, ਅਤੇ ਕਲਰ ਆਪਸ਼ਨਸ ਵੀ ਆਪਣੇ ਕੋਲ ਬਥੇਰੇ ਨੇ। ਆਪਣੇ ਕੋਲ ਬਲੈਕ, ਵਾਈਟ, ਗ੍ਰੇਇਸ਼ ਕਲਰ ਆ, ਫਿਰ ਆਪਣੇ ਕੋਲ ਮਿੱਟੀ ਰੰਗਾ ਆ, ਬਰਾਊਨ ਆ, ਫਿਰ ਇੱਕ ਖਾਕੀ ਲਾਈਕ ਖਾਕੀ ਬਰਾਊਨ ਆ, ਮਹਿੰਦੀ ਰੰਗਾ ਜਿਹਾ ਵੀ ਹੈਗਾ ਆ, ਅਤੇ ਬਾਕੀ ਇੱਕ ਬਾਹਰ ਜਿਹੜਾ ਲੱਗਾ ਆ ਉਹ ਆਪਣੇ ਕੋਲ ਆ ਮਿਲਟਰੀ ਗ੍ਰੀਨ ਕਲਰ। That's a nice color, bro. ਤੇ ਉਹ ਹੈ ਵੀ ਮੈਨੂਅਲ ਆ, ਤੇ ਤੁਸੀਂ ਆਪਣੇ ਆਪਣੇ ਆਰਡਰ ਜਿਹੜੇ ਨੇ ਉਹ ਪਲੇਸ ਕਰੋ ਔਜਲਾ ਭਾਅ ਜੀ ਹੁਣਾਂ ਦੇ ਨਾਲ, ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸਤਿ ਸ਼੍ਰੀ ਅਕਾਲ ਜੀ। Justin is coming. We are making vlog, bro. We are making vlog. Look at the Justin. Tell about yourself. Oh, me? Yeah, tell about yourself. Honey, put me on the spot, man. I'm a Honek. I live in Lane Buzzard. I've got a little protein. So my kurta was here. ਕੁੜਤਾ ਪਾੜ ਲਿਆ ਆਪਾਂ ਵੀਡੀਓ ਪਹਿਲੀ ਜੇ। ਸੋ ਕੁੜਤੇ ਪਜਾਮੇ ਪਾ ਕੇ ਨਾ ਲੱਡੀ ਜੀਪ ਤੇ ਬਹਿ, ਕੁਛ ਹੋ ਸਕਦਾ ਵਾ ਬਾਅਦ ਚ ਨਾ ਕਿਉਂ।